इन्हां ने मेरी गड्डी 47 लीटर तेल पाता ते ऑनलाइन मैं चेक किया 37 लीटर की मेरी कार की टैंकी आ। मेरा नाम रोहित बैंस है जी। मैं जवद्दी रहना सर अपने गुरद्वारा साहब को। मैं कैंप च जा रहा सीगा ते मैं वाइफ नूं कहा भी असी विदेशा पंप तो तेल पवाने भी गड्डी च मेरी पेट्रोल नहीं डीजल नहीं सी सॉरी ते घर दे कहिंदे भी नहीं आपां इत्थों नहर तो पवा लैणे असी इधरों निकलना। सर मेरी गड्डी पंचम हॉस्पिटल को लाइट आई मेरी कार की फ्यूल की ते मैं इत्थों तेल पाया इन्होंने मेरी गड्डी 47 लीटर तेल पाता ते ऑनलाइन मैं चेक किया 37 लीटर की मेरी कार की टैंकी आ ਵਿੱਚ 7-8 ਲੀਟਰ ਤੇਲ ਹੋਊਗਾ ਵੀ ਪਹਿਲਾਂ ਤੇ ਇਹਨਾਂ ਨੇ ਹੋਰ 47 ਲੀਟਰ ਤੇਲ ਪਾਤਾ 4,450 ਰੁਪਏ ਦਾ ਸਵਿਫਟ ਡਿਜ਼ਾਇਰ 'ਚ ਮੇਰੀ ਕਾਰ 'ਚ ਤੇਲ ਪਵਾਤਾ। ਮੈਂ ਇੰਨਾ ਹਰਾਸਮੈਂਟ ਹੋ ਰਿਹਾ ਇੱਥੇ ਮੈਂ ਘੱਟੋ ਘੱਟ 2 ਘੰਟੇ ਦਾ ਇੱਥੇ ਖੜਾ ਹਾਂ ਮੇਰੀ ਵਾਈਫ ਮੇਰੇ ਬੱਚੇ ਨਾਲ ਨੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕੁਛ ਨਹੀਂ ਹੋ ਰਹੀ। ਮਾਲਕ ਕਹਿ ਰਿਹਾ ਜੀ ਅਸੀਂ ਉਸ ਚੀਜ਼ ਦੀ ਗਰੰਟੀ ਨਹੀਂ ਲੈਣੀ ਅਸੀਂ ਇਸ ਚੀਜ਼ ਦੀ ਗਰੰਟੀ ਲੈਣੀ ਆ ਵੀ ਅਸੀਂ ਮੀਟਰ ਚੈੱਕ ਕਰਾ ਦਿੰਦੇ ਹਾਂ। ਮੈਂ ਮਾਲਕ ਨੂੰ ਕਿਹਾ ਮੇਰਾ ਗੱਡੀ ਦਾ ਤੇਲ ਕਢਵਾ ਕੇ ਦੁਬਾਰਾ ਉਹੀ ਗੱਡੀ ਦਾ ਤੇਲ ਵਿੱਚ ਵਾਪਸ ਪਾ ਦਿਓ ਮੈਨੂੰ ਚੈੱਕ ਕਰਾ ਦਿਓ ਮੇਰੀ ਤਸੱਲੀ ਆ। ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਮੈਂ ਪੇ ਕਰ ਚੁੱਕਾ ਜਿੰਨਾ ਵੀ ਅਮਾਉਂਟ ਮੇਰਾ ਬਣਿਆ ਸੀ 4,350 ਰੁਪਏ ਉਹਨਾਂ ਨੇ ਮੇਰਾ ਬਣਾਇਆ ਸੀ ਮੈਂ 4,350 ਰੁਪਏ ਦੇ ਦਿੱਤਾ। 47 ਲੀਟਰ ਇਹਨਾਂ ਨੇ ਮੇਰੀ ਗੱਡੀ 'ਚ ਤੇਲ ਪਾਇਆ। ਕੀ ਮੰਗਦਾ? ਮੈਂ ਇਹੀ ਕਹਿੰਦਾ ਵੀ ਬਸ ਵੀ ਗੱਡੀ 'ਚ ਮੇਰੀ 'ਚ ਮੇਰੀ ਤਸੱਲੀ ਕਰਾ ਦਿਓ। ਅਸੀਂ ਅੱਗੇ ਵੀ ਗੱਡੀ ਤੁਹਾਡਾ ਟੈਕਸੀ ਦਾ ਵੀ ਕੰਮ ਆ ਅਸੀਂ ਅੱਗੇ ਵੀ ਟੈਂਕੀ ਫੁੱਲ ਕਰਾਉਂਦੇ ਹਾਂ। ਕੱਲ੍ਹ ਅਸੀਂ ਸਵਿਫਟ ਦੀ ਨੋਰਮਲ ਸਵਿਫਟ ਦੀ ਟੈਂਕੀ ਫੁੱਲ ਕਰਾਈ ਆ 3,800 ਰੁਪਏ ਦੀ ਸਾਰੀ ਸਵਿਫਟ ਦੀ ਟੈਂਕੀ ਫੁੱਲ ਹੋਈ ਆ। ਇਹਨਾਂ ਨੇ 4,350 ਰੁਪਏ ਦਾ ਵੀ ਤੇਲ ਪਾਤਾ ਕਾਰ ਦੇ ਵਿੱਚ। ਅਸੀਂ ਇਹੀ ਕਹਿਣਾ ਵੀ ਸਾਡਾ ਜਿਹੜਾ ਸ਼ਾਕਾ ਕੱਢ ਦਿਓ ਮਨ ਦੇ ਵੀ ਵਹਿਮ ਕੱਢ ਦਿਓ। ਅਤੇ ਕੀ ਕਹਿ ਰਹੇ ਨੇ? ਇਹ ਤਾਂ ਇਹੀ ਕਹਿ ਰਿਹਾ ਵੀ ਹੁਣ ਤੁਸੀਂ ਚਲ ਜਾਓ ਵੀ ਕੱਲ੍ਹ ਨੂੰ ਤੁਸੀਂ ਆ ਜਿਓ ਸਵੇਰੇ। ਹੁਣ ਇਸ ਟਾਈਮ ਮਕੈਨਿਕ ਨਹੀਂ ਹੋਣਾ ਅਸੀਂ ਕਢਾ ਕੇ ਚੈੱਕ ਕਰਾ ਦਾਂਗੇ ਤੁਸੀਂ ਮਕੈਨਿਕ ਬੁਲਾ ਲਓ ਤੁਸੀਂ ਚੈੱਕ ਕਰਾ ਲਓ। ਨਾ ਇਹਨਾਂ ਨੇ ਮੈਨੂੰ ਕੰਪਿਊਟਰਾਈਜ਼ਡ ਪਰਚੀ ਵੀ ਨਹੀਂ ਦਿੱਤੀ ਜੀ ਹੱਥ ਵਾਲੀ ਪਰਚੀ ਦੇ ਰਹੇ ਨੇ। ਇਹੀ ਕਹਿ ਰਹੇ ਨੇ ਜੀ ਸੂਈ ਖਰਾਬ ਹੋਈ ਹੋਈ ਆ ਵੀ ਸੜ ਗਈ ਸੀਗੀ ਅਤੇ ਉਹਦੇ ਕੰਪਿਊਟਰ ਵਾਲੀ ਪਰਚੀ ਨਹੀਂ ਨਿਕਲ ਸਕਦੀ ਹੈ ਜੀ। ਇਹੀ ਮਾਡਲ? ਹਾਂਜੀ ਹਾਂਜੀ ਇਹੀ ਹੈ ਜੀ। ਇਹੀ ਫਿਰ 43 ਲੀਟਰ ਦੀ ਟੈਂਕੀ ਜੀ ਆਨਲਾਈਨ ਸ਼ੋਅ ਕਰ ਰਹੀ ਹੈ ਕਹਿੰਦੇ। ਇੱਕ ਮਿੰਟ ਆਓ, ਇੱਕ ਹੋਰ ਚੀਜ਼। ਟੈਂਕ ਕਪੈਸਿਟੀ ਤੋਂ ਵੱਧ ਤੇਲ ਪੈ ਸਕਦਾ ਹੈ? 30 ਲੀਟਰ ਤੋਂ ਵੱਧ ਤਾਂ ਭਾਜੀ ਉਹ ਵੀ ਕਹਿੰਦੇ ਨੇ, 37 ਲੀਟਰ ਤੋਂ ਵੀ ਮੰਨ। ਨਹੀਂ ਨਹੀਂ, ਕਪੈਸਿਟੀ ਤੋਂ ਵੱਧ ਤੇਲ ਪੈ ਸਕਦਾ ਹੈ ਕੁਛ ਵੀ ਆ ਟੈਂਕ ਦੀ ਉਹ ਹੈਗੀ। ਨਹੀਂ ਨਹੀਂ, 30 ਅੱਛਾ ਕੁਛ ਵੀ ਹੈ। ਅੱਛਾ ਕਪੈਸਿਟੀ ਤੋਂ ਜਿੰਨੀ ਕਪੈਸਿਟੀ ਤੋਂ ਵੱਧ ਤੇਲ ਪੈ ਸਕਦਾ ਹੈ। ਠੀਕ ਹੈ, ਜਿੰਨੀ ਕਪੈਸਿਟੀ। ਤੁਸੀਂ ਭਾਜੀ ਕਿਸੇ ਗੱਡੀ ਤੁਸੀਂ ਦਿਖਾਇਆ ਯਾਰ, ਇਹਨਾਂ ਨੇ ਗੱਡੀ 37 ਲੀਟਰ ਦੀ 37 ਦੀ ਗੱਡੀ ਆ ਹੁਣ ਜੀ। 37 ਲੀਟਰ ਦੀ ਆਨਲਾਈਨ ਸ਼ੋਅ ਹੋ ਰਹੀ ਹੈ ਜੀ। 47 ਲੀਟਰ ਇਹਨਾਂ ਨੇ ਤੇਲ ਪਾਤਾ, 4-5 ਲੀਟਰ ਪਹਿਲਾਂ ਵੀ ਹੋਊਗਾ ਗੱਡੀ 'ਚ, 52-53 ਲੀਟਰ ਇਸ ਟਾਈਮ ਗੱਡੀ ਤੇਲ ਪੈ ਗਿਆ ਭਾਜੀ। 2 ਘੰਟੇ ਹੋ ਗਏ ਸਰ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਖੜਾ ਆਇਆ, ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ। ਇਹ ਕਹਿ ਰਹੇ ਨੇ ਜੀ ਅਸੀਂ ਤੇਲ ਪੂਰਾ ਪਾਇਆ, ਪਰ ਗੱਡੀ ਦੇ ਵਿੱਚ ਇਹਨਾਂ ਨੇ ਬਿਲਕੁਲ ਕੁੰਡੀ ਮਾਰੀ ਆ। ਇਹਨਾਂ ਨੇ ਨਹੀਂ ਮਾਰੀ ਕਿ ਇਹਨਾਂ ਦੇ ਵਰਕਰ ਨੇ ਜਿਹੜੇ ਰੱਖੇ ਹੋਏ ਮੁੰਡੇ, ਉਹ ਅੱਗੇ ਵੀ ਇਦਾਂ ਦੀ ਹੇਰਾ ਫੇਰੀ ਕਰਦੇ ਰਹਿੰਦੇ, ਉਹਨਾਂ ਨੇ ਅੱਗੇ ਵੀ ਇਦਾਂ ਦਾ ਕੀਤਾ ਗੱਡੀ 'ਚ ਸਾਡੀ 'ਚ। ਆ ਭਾਈ ਸਾਹਿਬ ਨੇ, ਮੇਰੇ ਬ੍ਰਦਰ ਨੇ, ਇਹਨਾਂ ਟੈਕਸੀ ਦਾ ਕੰਮ ਆ, ਇਹਨਾਂ ਨੇ 500 ਤੋਂ ਤੇਲ ਪਾਇਆ, ਲੱਡਵਾਲ ਆਈ ਗੱਡੀ ਹਵਾ ਲੈ ਗਈ 500 ਦੇ ਤੇਲ ਨੂੰ, ਆਹ ਖੜੀ ਇਹਨਾਂ ਦੀ ਗੱਡੀ 'ਚ ਆਸਤ ਜੀ। ਉਹੀ ਮੁੰਡੇ ਤੋਂ ਤੇਲ ਪਾਇਆ, ਨਾਲੇ ਉਹਨੇ ਹੀ ਪਾਇਆ ਸੀਗਾ ਤੇਲ, ਮੰਨਦਾ ਵੀ ਆ ਜੀ ਉਹ। ਮੈਂ ਕਿਹਾ ਆ ਜਾਓ ਇੱਥੇ ਆ ਜਾਓ, ਮੈਂ ਇੱਥੇ ਆਇਆ। ਪਰ ਉਹ ਕਹਿ ਰਹੇ ਨੇ ਵੀ ਉਹਨਾਂ ਨੇ ਜਿਹੜੀਆਂ ਜੀਰੋਆਂ ਨੇ ਉਹ ਚੈੱਕ ਕਰਾਈਆਂ ਸੀਗੀਆਂ, ਪਹਿਲਾਂ ਤੁਹਾਨੂੰ ਜੀਰੋਆਂ ਜਿਹੜੀਆਂ ਚੈੱਕ ਕਰਾਈਆਂ ਗਈਆਂ ਸੀਗੀਆਂ? ਜੀਰੋਆਂ ਚੈੱਕ ਕਰਾਈਆਂ ਸੀ ਸਰ, ਪਰ ਉਹ ਮੁੰਡਾ ਕੋਈ ਹੋਰ ਹੇਰ ਫੇਰੀ ਕਰਦਾ ਹੈ, ਪਰ ਇੰਨਾ ਤੇਲ ਪੈ ਹੀ ਨਹੀਂ ਸਕਦਾ ਗੱਡੀ 'ਚ। ਕੀ ਮੰਗ ਕੀ ਕਰਦੇ ਹੋ? ਮੰਗ ਇਹੀ ਕਰਦੇ ਹਾਂ ਜੀ, ਸਾਨੂੰ ਜਾਂ ਤਾਂ ਚੈੱਕ ਕਰਾ ਦਿੱਤਾ ਜਾਵੇ। ਹਾਂਜੀ, ਅਤੇ ਜੋ ਸਰਕਾਰੀ 37 ਲੀਟਰ ਟੈਂਕੀ ਆ, 4-5 ਲੀਟਰ ਵਿੱਚ ਪਹਿਲਾਂ ਵੀ ਸੀਗਾ, ਚਲੋ ਅਸੀਂ ਕਹਿੰਦੇ ਉਹ ਵੀ ਨਾ ਹੋਵੇ, ਸਾਨੂੰ ਜਿਹੜਾ 47 ਲੀਟਰ ਉਹੀ ਪੂਰਾ ਕਰਾ ਦਿਓ। ਅਸੀਂ ਉਹੀ ਕਹਿੰਦੇ ਕਿ ਤੁਹਾਡੀ ਉਹੀ ਸਾਨੂੰ ਪੂਰਾ ਕਰਾ ਦਿੱਤਾ ਜਾਵੇ, 47 ਲੀਟਰ ਸਾਡੀ ਗੱਡੀ ਜਾਂਦੀ ਹੈ ਜੀ। ਫਿਰ ਇਹਦਾ ਹੱਲ ਬਾਤ ਹੱਲ ਕੀ ਨਿਕਲ ਸਕਦਾ ਹੁਣ? ਉਹ ਮੰਨਣ ਨੂੰ ਤਿਆਰ ਨਹੀਂ ਤੁਸੀਂ ਭਾਜੀ? ਮਕੈਨਿਕ ਬੁਲਾਉਣ ਨੂੰ ਤਿਆਰ ਹੋ? ਮਕੈਨਿਕ ਸੰਡੇ ਆ ਭਾਜੀ, ਕਿੱਥੋਂ ਆਊਗਾ ਮਕੈਨਿਕ, ਇਹ ਦੱਸੋ ਪਹਿਲਾਂ। 2 ਦਿਨਾਂ ਨੂੰ ਕੀਤਾ ਅਸੀਂ ਫੋਨ, ਨਹੀਂ
ਮੈਂ ਵੀ ਆਪਦੇ ਮਿਸਤਰੀ ਨੂੰ ਕੀਤਾ ਉਹ ਵੀ ਸੰਡੇ ਕਰਕੇ ਨਹੀਂ ਆ ਪਾ ਰਹੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਅੱਗੋਂ ਪੰਪ ਤੋਂ ਪੈਪ ਲਾ ਕੇ ਚੈੱਕ ਕਰਾ ਲੈਂਦੇ ਕਹਿੰਦੇ ਪੂਰਾ ਨਿਕਲਣਾ ਮੈਂ ਕਿਹਾ ਹੋਰ ਡਿਜ਼ਾਇਰ ਮੰਗਵਾ ਲੈਂਦੇ ਉਹ ਚ ਫੁੱਲ ਕਰਾ ਦਿਓ ਅਸੀਂ ਕਹਿੰਦਾ ਹੈਗਾ 47.5 ਕਿਲੋ ਦੀ ਉਹਦਾ ਜ਼ਿੰਮੇਵਾਰ ਲੈਣਾ ਕਿ ਛੋਟੀ ਗੱਡੀ ਚ ਯਾਰ ਉਹਦੇ ਡੈਡੀ ਹੈਰਾਨ ਹੋ ਗਏ ਕਹਿੰਦਾ 4500 ਦੀ ਤਾਂ ਨਵਾਂ ਫੁੱਲ ਕਰਾ ਦਿੱਤੀ ਸੱਚ ਨਹੀਂ ਕੀਤਾ ਸੀ ਮੈਂ ਫੋਨ ਦੇ ਡੈਡੀ ਨੇ ਕੀਤਾ ਸੀ 45 ਲੀਟਰ 4500 ਚ ਭਾਜੀ ਨੋਵਾ ਦੀ ਟੈਂਕੀ ਫੁੱਲ ਹੁੰਦੀ ਆ ਸਾਡੇ ਗਵਾਂਢੀ ਨੇ ਕੰਧ ਨਾਲ ਕੰਧ ਲੱਗਦੀ ਆ ਟੈਕਸੀ ਦਾ ਕੰਮ ਆ ਸਾਡੇ ਬ੍ਰਦਰ ਕਰਦੇ ਆ ਟੈਕਸੀ ਦਾ ਕੰਮ ਜੀ ਨਹੀਂ ਹੁਣ ਇਹਦਾ ਹੱਲ ਕੀ ਨਿਕਲ ਸਕਦਾ ਹੁਣ ਇਹ ਦੱਸੋ ਹੱਲ ਭਾਜੀ ਕੁਛ ਨਹੀਂ ਬਸ ਮੈਂ ਤਾਂ ਕਹਿੰਦਾ ਮੇਰਾ ਤੇਲ ਪੂਰਾ ਚੈੱਕ ਕਰਾ ਦਿਓ ਵੀ 47 ਲੀਟਰ ਪੂਰਾ ਪਾਇਆ ਜਿਹੜਾ ਗੱਡੀ ਦੇ ਵਿੱਚ ਪਹਿਲਾਂ ਆਇਆ ਮੈਂ ਤਾਂ ਉਹ ਵੀ ਛੱਡ ਦਿੰਦਾ ਇਹਨਾਂ ਨੂੰ ਵੀ ਉਹ ਵੀ ਪਾ ਕੇ ਵਿੱਚ ਮਿਕਸ ਕਰਕੇ ਉਹ ਵੀ 47.5 ਲੀਟਰ ਪੂਰਾ ਕਰਾ ਦਿਓ ਗੱਲ ਖਤਮ ਹੋ ਗਈ ਭਾਜੀ ਮੈਂ ਤਾਂ ਕਹਿ ਰਿਹਾ ਕਿ ਸਰ ਤੁਸੀਂ ਕਰ ਲਓ ਤਸੱਲੀ ਸਾਨੂੰ ਕੋਈ ਮੈਂ ਹੁਣ ਜੇ ਗੱਡੀ ਇੱਥੋਂ ਲੈ ਗਿਆ ਫਿਰ ਇਹਨਾਂ ਨੇ ਕਹਿੰਦਾ ਗੱਡੀ ਰਾਤ ਚਲਾ ਲਈ ਹੋਣੀ ਹੈ ਇਹ ਹੋ ਗਿਆ ਹੋਣਾ ਮੈਂ ਆਪਣੀ ਗੱਡੀ ਇੱਥੇ ਖੜਾ ਦੇਣਾ ਲੋਕ ਕਰ ਜਿੰਨਾ ਮੈਨੂੰ ਦੇ ਦੇਣ ਕੋਈ ਕਨਵੈਂਸ ਮੈਂ ਰਾਤ ਕੱਢ ਦੇਣਾ ਸਵੇਰੇ ਮਕੈਨਿਕ ਬੁਲਾ ਕੇ ਇੱਥੇ ਤੇਲ ਖੜਾ ਦਾਂਗੇ ਇਹਨਾਂ ਦਾ ਐਂ ਕਰ ਲਓ ਮੇਰੀ ਗੱਡੀ ਲੈ ਜਾਓ ਗੱਲ ਖਤਮ ਹੋ ਗਈ ਮੇਰੀ ਗੱਡੀ ਲੈ ਜਾਓ ਇਹਨੂੰ ਖੜੀ ਕਰ ਦਿਓ ਸਵੇਰੇ ਆਪਾਂ ਤਸੱਲੀ ਕਰ ਲੈਂਦੇ ਐਦਾਂ ਕਰ ਆ ਲਓ ਗੱਡੀ ਚੱਲ ਮੇਰੀ ਗੱਡੀ ਲੈ ਜਾਓ ਠੀਕ ਆ ਐਦਾਂ ਕਰ ਲੈਂਦੇ मेरा नाम आशीष है जी एक कस्टमर साढ़े को तेल पाया इन्होंने टैंकी फुल कराई हैगी है इन्हों तकरीबन 47.5 लीटर तेल पिया है तो असी इन्हों 5 लीटर का मैयर चैक कराता है कि जिहड़ा इन्होंने चैक कर लिया दो बार चैक कर लिया है जिहड़ा कि पूरा है ये बारे मतलब पूरा दस्या गया है कि कंपनियां ने सारा कि टैंक फुल डाउट्स होंगे है जेडे कि मतलब तेल महंगा होने करके अमाउंट बच जाती है लीटर जद कि होने होंगे कंपनियां खुद आ लैटर पगे सारिया असी पिछे जो कॉन्फ्रेंस भी इस बारे की सी कि भाई लोगों तेल महंगा होने करके लोगों को दिक्कत आ रही हैगी है लोग आके पंपा से झगड़ा करते हैं कि साड़ी तेल बद पै गया जबकि साढ़े मशीन जड़िया होंगे पूरी तरह कैलीब्रेटेड होंगे है जो मर्जी जो कोई भी आके इन चेक कर सकता है मतलब तुम मेजरमेंट जो 5 लीटर का वो पा के दिखाता वो इन्हों हाँ इन्हों पूरा तसली करा दी गई है 5 लीटर पूरा चेक कराता दो बारी चेक कराता दो बारी चेक कराता फीड करके भी चेक कराता बिना फीड करके भी चेक कराता फिर की कहते हैं क्लाइंट की कहते वह कहें जी सा टैंकी चो तेल कट के दिखाओ साढ़े प्रव्यू के नहीं है जो आपके लैवल से आपकी तसली कराना चाहन तो कर सकते सूद कोई इतराज नहीं है मतलब अपना मकैनिक बुला के चेक कर सकते हाँ जी तो जो तेल पूरा पाया गया मतलब साढ़े वालों तेल पूरा पाया गया कोई साडा मतलब अंदरों ऑटोमेशन बॉम्बे नाल कनैक्टेड होंगे साढ़े सर्वर नाल कनैक्टेड होंगे अंदर सारिया एंट्रियां बिल्कुल परफेक्ट बोलदियां है जी।